ਜਿੱਦੀ ਬੁੱਲਾਂ ਵਿੱਚ ਫਤਿਹ ਉਹਦੇ ਕੁੱਲਾਂ ਵਿੱਚ ਫਤਿਹ ਜਿੱਦੀ ਜ਼ੁਬਾਨ ਵਿੱਚ ਫਤਿਹ ਉਹਦੀ ਸਾਰੇ ਜਹਾਨ ਵਿੱਚ ਫਤਿਹ ਆਓ ਗੁਰੂ ਦੇ ਬਖਸ਼ੀ ਫਤਿਹ ਪ੍ਰਵਾਨ ਕਰਦੇ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਤੰਦਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਤਿਨੇ ਕੀ ਕਿਰਪਾ ਸੇ ਸਜੇ ਹਮ ਹੈ ਨਿਮੋ ਬਹੁਤ ਸੋ ਗਰੀਬ ਕਰੋੜ ਪਲੇ ਇਹਨਾਂ ਦੀ ਕਿਰਪਾ ਸਦਕਾ ਅੱਪਾ ਅੱਥੇ ਸਾਰੇ ਬੈਠੇ ਆ ਤਾਂ ਸਭ ਤੋਂ ਪਹਿਲਾ ਸ਼ੁਕਰਾਨਾ ਤੰਦਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਆਪ ਸਭ ਜੀ ਤਿੰਨ ਦਿਨਾ ਤੋਂ ਬੜੇ ਹੀ ਵਡਭਾਗੀ ਹੋ ਸਦਾ ਭਾਈ ਸ਼ਰਪਜੀਤ ਸਿੰਘ ਜੀ ਬੀਬੀ ਹਰਨਾਮ ਕੋਰ ਜੀ ਭਾਈ ਕਮਲਜੋਤ ਸਿੰਘ ਜੀ ਨੁਸ਼ਹਿਰਤ ਹੋਈ ਸਾਰੀ ਸੰਗਤ ਔਰ ਆਪ ਸਭ ਜੀ ਸਾਰੇ ਸੰਗਤ ਬਹੁਤ ਹੀ ਭਾਗਾ ਵਾਲੇ ਹੋ ਜੋ ਕਿ ਪਿਛਲੇ 3 ਦਿਨਾਂ ਤੋਂ ਦਸ਼ਮ ਪਿਤਾ ਤੰਤਨ ਸ਼੍ਰੀ ਗੁਰਗੋਬਿੰਦ ਸਿੰਘ ਜੀ ਮਹਾਰਾਜ ਜੀ ਦਾ ਪ੍ਰਕਾਸ਼ ਦਿਹਾੜਾ ਅਤੇ ਸੰਤ ਕਿਲੇ ਵਾਲਿਆਂ ਜੀ ਦਾ ਅਗਮਨ ਦਿਹਾੜਾ ਬੜੇ ਹੀ ਪਿਆਰ ਤੇ ਸਤਿਕਾਰ ਨਾਲ ਮਨਾ ਰਹੇ ਹੋ। ਬਾਬਾ ਜੀ ਜਦ ਕਦੀ ਵੀ ਆਉਂਦੇ ਸੀ ਉਹ ਕਦੀ ਸੰਗਤ ਵਿੱਚ ਲੰਕੇ ਨਹੀਂ ਆਉਂਦੇ ਸੀ। ਪਿੱਛੂ ਕਨਾਟ ਚੱਕਣੀ ਆ ਕੇ ਮੱਥਾ ਟੇਕਣਾ ਤੇ ਬੈਹਿ ਜਾਣਾ ਚੁਕਚਾ। ਕਹਿੰਦੇ ਸੀ ਜਿੱਥੇ ਕੀਰਤਨ ਹੋ ਰਿਹਾ ਹੈ ਉੱਥੇ ਡਿਸਟਰਬ ਨਹੀਂ ਹੋਣਾ ਚਾਹੀਦਾ ਬੜੇ ਪਿਆਰ ਦੇ ਸਤਿਕਾਰ ਨੇ ਪਿੱਛੂ ਆ ਕੇ ਬੈਹਿ ਜਾਣਾ ਤੇ ਨਾਲ ਉਹਨਾਂ ਦੇ ਮਾਸਟਰ ਜੀ ਹੁੰਦੇ ਸੀ ਤੇ ਉਹਨਾਂ ਤੋਂ ਪੁੱਛਦੇ ਸੀ ਦੇਖੋ ਕਿਤੇ ਮੇਰਾ ਸਥਾਨ ਗੁਰੂ ਨਾਲ ਅੱਗੇ ਤੇ ਨਹੀਂ ਦੇਖੋ ਮੇਰਾ ਸਥਾਨ ਕਿ ਗੁਰੂ ਨਾਲ ਉੱਚਾ ਤਾਂ ਨਹੀਂ 깔ਤਾ ਦੇਖੋ ਕਿੰਨਾ ਸਤਿਕਾਰ ਭਾਈ ਚੂੜ ਹੋਏ ਜੋ ਕਿ ਛੇਵੀਂ ਪਾਸ਼ਾਈ ਸ੍ਰੀ ਹਰਗੋਬਿੰਦ ਸਿੰਘ ਹਰਗੋਬਿੰਦ ਜੀ ਤੋਂ ਪੁੱਛਣ ਲੱਗੇ ਪਾਸ਼ਾ ਮੇਰੇ ਦਿਲੀ ਸਵਾਲ ਹੈ ਮੇਰੇ ਅੰਦਰ ਇੱਕ ਬਲਬਲਾ ਹੈ ਮੇਰੇ ਅੰਦਰ ਇੱਕ ਜਜ਼ਬਾ ਮੈਨੂੰ ਦੱਸੋ ਸਿੱਖੀ ਦਾ ਬੂਟਾ ਕਿੱਦਾਂ ਹੈ ਕਹਿਣ ਲੱਗੇ ਛੇਵੀਂ ਪਾਸ਼ਾ ਹੀ ਭਾਈ ਚੂੜ ਜੀ ਸਿੱਖੀ ਦਾ ਬੂਟਾ ਤੁਹਾਨੂੰ ਦੱਸਿਏ ਤੇ ਸੱਦੂ ਪਹਿਲੇ ਹੁੰਦੀ ਹੈ ਜੜ ਕਹਿੰਦੇ ਉਹ ਹੈ ਨਿਮਰਤਾ ਜਿੱਦਿਆਂ ਦਾ ਨਿਮਰਤਾ ਨਹੀਂ ਉਸ ਵੋਟੇ ਲਾਇਕ ਨਹੀਂ ਨਿਮਰਤਾ ਜਦ ਗੁਰਗੋਮੇ ਸਿੰਘ ਜੀ ਮੋੜ 'ਚ ਆਏ ਤੇ ਵੱਟਾ ਪਾਣੀ ਛਟਿਆ ਤੇ ਸੰਗਤਾਂ ਤੋਂ ਪੁੱਛਣ ਲੱਗੇ ਦੱਸੋ ਵੋਟਾ ਕਿਉਂ ਡੁੱਬ ਗਿਆ ਸੰਗਤ ਕਹਿਣ ਲੱਗੀ ਪਾਸ਼ਾ ਵੱਟਾ ਭਾਰੀ ਪਾਣੀ ਹਲਕਾ ਤਾਂ ਡੁੱਬ ਗਿਆ ਕੋਈ ਕਹਿੰਦਾ ਪਾਣੀ ਹਲਕਾ ਵੱਟਾ ਭਾਰੀ ਤਾਂ ਡੁੱਬ ਗਿਆ ਨੰਦ ਲਾਲ ਜੀ ਹੋਏ ਸਨ ਉਹ ਪਿੱਛੇ ਖੜੇ ਪੁੱਛ ਕਹਿੰਦੇ ਦੱਸੋ ਨੰਦ ਲਾਲ ਜੀ ਵੱਟਾ ਕਿਉਂ ਡੁੱਬ ਗਿਆ ਕਹਿੰਦੇ ਪਾਸ਼ਾ ਐਨਾ ਤੇ ਮੈਨੂੰ ਪਤਾ ਨਹੀਂ ਪਾਣੀ ਹਲਕਾ ਕੇ ਵੱਟਾ ਭਾਰੀ ਮੈਨੂੰ ਤੇ ਇਹ ਪਤਾ ਹੈ ਜੋ ਤੇਰੇ ਹੱਥੋਂ ਛੁੱਟ ਗਿਆ ਸਮਝੋ ਉਹ ਡੁੱਬ ਗਿਆ ਉਸਿਆ ਕਾਲਾ ਭਾਈ ਨੰਦ ਲਾਲ ਜੀ ਜੜਾ ਵੀ ਕੰਮ ਕਰਦੇ ਸੀ ਜਦ ਤੱਕ ਉਹ ਦਸਮ ਪਿਤਾ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਦੇ ਦਰਸ਼ਨ ਆਕਰਣ ਕੋਈ ਵੀ ਦੁਨਿਆਵੀ ਕੰਮ ਨਹੀਂ ਕਰਦੇ ਸੀ ਇੱਕ ਦਿਨ ਸਵੇਰੇ 2:00 ਵਜੇ ਉਹਨਾਂ ਕਿਸੀ ਦੁਨਿਆਵੀ ਕੰਮ ਜਾਣਾ ਪਿਆ ਤੇ ਕਹਿਣ ਲੱਗੇ ਮੈਂ ਬਿਨਾਂ ਦੱਸੇ ਕਿਤੇ ਕਿਵੇਂ ਜਾਵਾਂ ਸਤਪੁਰੂ 2 ਵਜੇ ਉੱਠ ਕੇ ਆਪਣਾ ਇੱਕ ਛੋਟਾ ਰਿਆਸ ਛੋਟਾ ਪਟਕਾ ਬਣ ਕੇ ਨੇਮ ਕਰਦੇ ਸੀ ਉਸ ਤੋਂ ਬਾਅਦ 4 ਵਜੇ ਦਰਬਾਰ ਵਿੱਚ ਵੱਡੇ ਹਸਤਾਸ ਜਾ ਕੇ ਆਉਂਦੇ ਸਨ ਤੇ ਕਹਿਣ ਲਗੇ ਕੋਈ ਨਹੀਂ ਗੁਰੂ ਆਪਣਾ ਮਿਲ ਕੇ ਜਾਂਦੇ ਆ ਦਰਸ਼ਨ ਕਰਕੇ ਜਾਂਦੇ ਆ ਬੂਆ ਖੜਕਾਨ ਲੱਗੇ ਤੰਦਰੁ ਆਜੇ ਕੌਣ ਭਾਈ ਅਨੰਦ ਲਾਲ ਜੀ ਕਹਿੰਦੇ ਮੈਂ ਅੰਦਰੋਂ ਆਜੇ ਜਿੱਥੇ ਮੈਂ ਉੱਥੇ ਤੋਂ ਬੂਆ ਨਹੀਂ ਖੁੱਲੇਗਾ ਉਹਨਾਂ ਨੇ ਕਿਹਾ ਕਿ ਵਾ ਸਿਰਫ ਾੜ ਲਿਆ ਸਿਰਫ ਾੜ ਲਿਆ ਕਹਿੰਦੇ ਮੈਂ ਕੀ ਕਰ ਬੈਠਾ ਮੈਂ ਨਾ ਕਿਵੇਂ ਬੁਲਾ ਬੈਠਾ ਮੈਂ ਕਿਹੜੀ ਨਾ ਸਮਝੀ ਕਰ ਬੈਠਾ ਫਿਰ ਦੁਬਾਰਾ ਬੂਆ ਖੜਕਾਇਆ ਕਹਿੰਦਾ ਕੌਣ ਅੰਦਰ ਕਹਿੰਦੇ ਮੈਂ ਮੈਂ ਬੋਲਿਆ ਸੀ ਝਿੜਕਾ ਪੈ ਗਿਆ ਕਹਿੰਦੇ ਤੂੰ ਹੀ ਤੂੰ ਤੂੰ ਹੀ ਤੂੰ ਤੂੰ ਹੀ ਤੂੰ ਕਹਿੰਦੇ ਐ ਤੇ ਮੱਖਾਂ ਲਗਾਉਂਦਾ ਜਿੱਥੇ ਪ੍ਰਸ਼ੰਸਾ ਕਰਦਾ ਬੂਆ ਨਹੀਂ ਖੁੱਲੇਗਾ ਭਾਈ ਅਨੰਦ ਲਾਲ ਜੀ ਰੋਣ ਲੱਗ ਗਏ ਬੜੇ ਗਿਆਨੀ ਛੇ ਭਾਸ਼ਾ ਦਾ ਗਿਆਨ ਰੋਣ ਲੱਗੇ ਬੜੇ ਉੱਚੀ ਚ ਰੋਣ ਲੱਗੇ ਕਹਿੰਦੇ ਮੈਨੂੰ ਇੰਨਾ ਵੀ ਖਿਆਲ ਨਹੀਂ ਕਿੱਦਾਂ ਗੁਰੂ ਨੂੰ ਮਨਾਣਾ ਹੈ ਕਿੱਦਾਂ ਬੁਲਾਣਾ ਹੈ ਮੈਂ ਤਾਂ ਬੜਾ ਨਲਾਇਕ ਆ ਨਿਕੰਮਾ ਰੋਣ ਲੱਗੇ ਸਿਰ ਫੜ ਕੇ ਰੋਣ ਲੱਗੇ ਅੰਦਰੂ ਬੂਆ ਖੁੱਲ ਗਿਆ ਕਹਿੰਦੇ ਜੇ ਨਿਮਾਣੇ ਬਣ ਕੇ ਆਓਗੇ ਤੇ ਗੁਰੂ ਵੀ ਬੂਆ ਖੁੱਲ ਲੈ ਗੁਰੂ ਵੀ ਅੱਗੇ ਆ ਕੇ ਗਲਵਖੜੀ ਲੈਂਦਾ ਹੈ ਇਹ ਜੀ ਦੇਖੋ ਕਿੱਦਾਂ ਕਿਲੇ ਵਾਲੇ ਕਿੱਦਾਂ ਮੱਥਾ ਟੇਕੇ ਨਿਮਾਣੇ ਵਾਂਗੇ ਪਿੱਛੇ ਬੈਠ ਜਾਂਦੇ ਸੀ ਸੰਗਤ ਚ ਨਹੀਂ ਆਣਾ ਸੰਗਤ ਡਿਸਟਰਬ ਨਹੀਂ ਹੋਣੀ ਚਾਹੀਦੀ ਕੀਰਤਨ ਡਿਸਟਰਬ ਨਹੀਂ ਹੋਣਾ ਚਾਹੀਦਾ ਫਿਰ ਆਂਦਾ ਹੈ ਟੈਣ ਟੈਣ ਕੀ ਹੈ ਸੇਵਾ ਗੁਰੂ ਅਰਜਨ ਦੇਵ ਜੀ ਜਿਨ੍ਹਾਂ ਨੇ ਖੁਦ ਜਾਨੀ ਜਾਨ ਹਰੀ ਦੇ ਰੂਪ ਸੇ ਉਹ ਤਰਨ ਤਾਰਨ ਵਿਖੇ ਕੋੜ ਘਰ ਵਿੱਚ ਆਪ ਸੇਵਾ ਕਰਦੇ ਸਨ ਆਪ ਕੋੜੀਆਂ ਆਪਣੀ ਹੱਥੇ ਸੇਵਾ ਕਰਦੇ ਸਨ ਉਹ ਜੋ ਗੁਰੂ ਦੀ ਸੇਵਾ ਕਰਦਾ ਗੁਰੂ ਵੀ ਉਹਦੀ ਪਿੱਠ ਨਹੀਂ ਲੱਗਣ ਦਿੰਦਾ ਕਿਲੇ ਵਾਲੇ ਬਾਬਾ ਜੀ ਨੁਸ਼ਹਿਰਾ ਸਾਹਿਬ ਪਹੁੰਚੇ ਤਾਂ ਉਹ ਚੋਰਾਂ ਦਾ ਪਿੰਡ ਸੀ ਡੀਐਸਪੀ ਆਇਆ ਕਹਿਣ ਲੱਗਾ ਬਾਬੇ ਤੁਸੀਂ ਕਿੱਥੇ ਇੱਥੇ ਆ ਗਏ ਹੋ ਇੱਥੇ ਚੋਰੋ ਚੱਕੇ ਦਾ ਪਿੰਡ ਹੈ ਇਹ ਸਾਰੇ ਹੀ ਇੱਥੇ ਚੋਰੋ ਚੱਕੇ ਵਸਦੇ ਹਨ ਤੁਸੀਂ ਕਿੱਥੇ ਇੱਥੇ ਆ ਗਏ ਹੋ ਬਾਹਰ ਆ ਜਾਓ ਤੁਸੀਂ ਦਿਨੇ ਵਿਤੇ ਬਿਨਾ ਫੋਰਸ ਜਾਂਦੇ ਨਹੀਂ ਆ ਪਰ ਰਾਤੀ ਤੇ ਬੜੀ ਦੂਰ ਦੀ ਗੱਲ ਹੈ ਬਾਬਾ ਜੀ ਨੇ ਬਚਨ ਕੀਤਾ ਸੀ ਕਹਿੰਦੇ ਜਿੱਥੇ ਤੁਸੀਂ ਚੋਰਾਂ ਦਾ ਪਿੰਡ ਕਹਿ ਰਹੇ ਹੋ ਉੱਥੇ ਨਾਮ ਜਪਣਗੇ ਆਜੋ ਨੁਸ਼ਹਿਰਾ ਸਾਹਿਬ ਦੇਖੋ ਕਿਤਾ ਸੀ ਨਾ ਬਚਨ ਕਹਿੰਦੇ ਜੇ ਗੁਰੂ ਦਾ ਜੋ ਸਿੱਖ ਹੈ ਜੋ ਸੇਵਾ ਕਰਦਾ ਹੈ ਸਤੁਰ ਕਹਿੰਦੇ ਦੀ ਪਿੱਠ ਨਹੀਂ ਲੱਗਣ ਦਿੰਦੇ ਦੇਖੋ ਅੱਜ 80 90% ਸਾਰੇ ਬਾਣੀ ਨਾਲ ਤੇ ਬਾਣੇ ਨਾਲ ਜੁੜੇ ਹੋਏ ਆਪ ਸਭ ਜੀ ਦੇਖਦੇ ਹੀ ਹੋ ਇਤਿਹਾਸ ਆਪ ਜੀ ਨੂੰ ਪਤਾ ਹੀ ਹੈ ਫਿਰ ਆਏ ਪੱਤੇ ਕੁਝ ਪੱਤੇ ਤੇ ਪੱਤਝੜ ਵਰਗੇ ਹੁੰਦੇ ਜੋ ਟੁੱਟ ਜਾਂਦੇ ਹਨ ਕੁਝ ਨਾਲ ਰਹਿੰਦੇ ਹਨ ਉਹ ਹੈ ਸੰਗਤ ਜਿਹੜੀ ਆਪਾਂ ਸੰਗਤ ਕਰਦੇ ਆਂ ਜੇ ਆਪਾਂ ਅੱਛੀ ਸੰਗਤ ਕਰਦੇ ਆਂ ਸਤਿਗੁਰੂ ਆਪ ਕਿਰਪਾ ਕਰਦੇ ਹਨ ਇੱਕ ਐਕਸੀਡੈਂਟ ਹੋਇਆ ਸੀ ਉੱਥੇ ਦਿਲ ਵਿੱਚ ਖਿਆਲ ਆਇਆ ਖਿਆਲ ਆਇਆ ਗੁਰੂ ਗ੍ਰੰਥ ਸਾਹਿਬ ਤੇ ਸਭ ਤੋਂ ਉੱਚਾ ਸਥਾਨ ਹੈ ਕਿਲੇ ਵਾਲੇ ਵੀ ਉਹਨਾਂ ਨੂੰ ਮੰਨਦੇ ਨਹੀਂ ਮੰਨਦੇ ਉਹ 20 ਕਿਲੋਮੀਟਰ ਚੱਲ ਕੇ ਉੱਥੇ ਪਹੁੰਚਿਆ ਜਦੋਂ 20 ਕਿਲੋਮੀਟਰ ਚੱਲ ਕੇ ਉੱਥੇ ਪਹੁੰਚਿਆ ਤਾਂ ਅੰਦਰ ਦਰਬਾਰ ਲੱਗਿਆ ਸੀ ਕੀਰਤਨ ਹੋ ਰਿਹਾ ਸੀ ਉਹ ਬੈਠਾ ਉਹਦੇ ਦਿਲ ਵਿੱਚ ਸੀ ਮੈਂ ਵਿਚਾਰ ਕਰਾਂ ਪੁੱਛਾਂ ਵੀ ਤੁਸੀਂ ਬੰਦੇ ਹੋ ਨਹੀਂ ਬੰਦੇ ਸਭ ਤੋਂ ਉੱਚਾ ਸਥਾਨ ਗੁਰਗ੍ਰੰਥ ਸਾਹਿਬ ਮਹਾਰਾਜ ਜੀ ਦਾ ਹੈ ਤੇ ਅੰਨੀ ਦਾ ਕਿਲੇ ਵਾਲੇ ਜੀ ਨੇ ਖੁਦ ਹੀ ਕਹਿੰਦੇ ਕਹਿੰਦੇ ਕਿ ਸਭ ਤੋਂ ਉੱਤਮ ਹਰ ਕੀ ਕਥਾ ਸਭ ਤੋਂ ਉੱਤਮ ਜੋ ਸਥਾਨ ਹੈ ਉਹ ਗੁਰਗ੍ਰੰਥ ਸਾਹਿਬ ਮਹਾਰਾਜ ਜੀ ਦਾ ਹੈ ਕੋਈ ਬਾਣੀ ਚੜੀ ਉਹਨਾਂ ਨੇ ਆਪਣੇ ਜੋਤੀ ਜੋ ਸਮਾਨ ਤੋਂ ਪਹਿਲੇ 8 ਦਿਨ ਪਹਿਲਾਂ ਹੀ ਨੀਰ ਤਾਰੀ ਸੰਪਰਨ ਨੂੰ ਗੱਦੀ ਦਿੱਤੀ ਕਿਸੇ ਨੂੰ ਨਹੀਂ ਦਿੱਤੀ ਕਿਰਪਾ ਬੜਿਆਂ ਤੇ ਹੈ ਪਰ ਕਿਸ ਨੂੰ ਗੱਦੀ ਨਹੀਂ ਦਿੱਤੀ ਦੇਖੋ ਹੋ ਸਕਦਾ ਹੈ ਸੰਗਤ ਵਿੱਚ ਨਾਲ ਗੁਰਨਾਨਕ ਬੈਠਾ ਹੋਵੇ ਦਿਲ ਨਾਲ ਸੰਗਤ ਕਰਨੀ ਚਾਹਤੀ ਹੈ ਫਿਰ ਆਂਦਾ ਹੈ ਫੁੱਲ ਬਾਣੀ ਨੂੰ ਸੁਣੋ ਤੇ ਸਰਵਣ ਕਰੋ ਅਸੀਂ ਬਾਣੀ ਸੁਣਦੇ ਆ ਕਿੰਨੇ ਕੀਤਨੇ ਉਹ ਛੈਣੇ ਬੜੇ ਵਧੀਆ ਵਜਾਇਆ ਢੋਲ ਕੀ ਬੜੇ ਵਜਾਇਆ ਵਜਾਈ ਅਸੀਂ ਨਾਲ ਨਹੀਂ ਲੈ ਕੇ ਜਾਂਦੇ ਸਤਿਗੁਰੂ ਜੀ ਮੇਰੇ ਸਮੇਤ ਆਪ ਸਭੇ ਕੋ ਝਾਕਤੀ ਮਾਰੋ ਕਿਹਸੀ ਬਚਨ ਨਾਲ ਲੈ ਕੇ ਜਾਂਦੇ ਆ ਨਹੀਂ ਅਸੀਂ ਸਾਰੇ ਹੋਰ ਕਾਰਾ ਵਿਕਾਰਾਂ ਦੇ ਲੱਗੇ ਰਹਿੰਦੇ ਆ ਬਾਣੀ ਸੁਣਦੇ ਆ ਪਰ ਉਹਨੂੰ ਅਮਲ ਨਹੀਂ ਕਰਦੇ ਆਪਾਂ ਚਲੇ ਜਾਂਦੇ ਆ ਉਸ ਤੋਂ ਉਪਰੰਤ ਆਉਂਦਾ ਹੈ ਫਲ ਜਿਦਨ ਸਾਨੂੰ ਸਮਝ ਆ ਜਾਏਗੀ ਜੀਵਨ ਨਿਸ਼ਵਾਰ ਹੈ ਇਹ ਜਗਤ ਕਦੀ ਵੀ ਕੱਲ ਨੂੰ ਸਾਡੇ ਆ ਸਵਾਸਣ ਕੱਲ ਆਣੇ ਨਹੀਂ ਆਣੇ ਤੇ ਅਸੀਂ ਸਤਰੂਣ ਤੋਂ ਕਦੀ ਮੂਹ ਨਹੀਂ ਬਣਾਗੇ ਇੱਕ ਰਾਜਾ ਸੀ ਉਹ ਜੰਗਲ ਵਿੱਚ ਸ਼ਿਕਾਰ ਕਰਨ ਪਹੁੰਚਿਆ ਡਿੱਗ ਪਿਆ ਆਪਣੇ ਸਾਥੀਆਂ ਅਲੱਗ ਹੋ ਗਿਆ ਅੱਗੇ-ਅੱਗੇ ਡਿੱਗ ਪਿਆ ਬੇਹੋਸ਼ ਹੋ ਗਿਆ ਇੱਕ ਲੱਕੜਹਾਰਾ ਉੱਥੇ ਲੱਕੜਵੱਡਾ ਸੀ ਉਹਨੇ ਪਾਣੀ ਪਿਲਾਇਆ ਰਾਜੇ ਨੂੰ ਥੋੜੇ ਸਵਾਸ ਆਏ ਤੇ ਉਹਨੇ ਲੱਕੜਹਾਰ ਨੂੰ ਕਿਹਾ ਨਹੀਂ ਸੈਨਿਕ ਵੀ ਸਾਰੇ ਆ ਗਏ ਆਪਣੀ ਬੇਸ਼ੁਮਾਰੀ ਕੀਮਤੀ ਅੰਗੂਠੀ ਦੇਂਦੋ ਕਹਿੰਦੇ ਮੈਂ ਤੇ ਤੂੰ ਬੜਾ ਖੁਸ਼ ਆ ਤੂੰ ਮੇਰੀ ਜਾਨ ਬਚਾਈ ਮੰਗ ਕੀ ਮੰਗਦਾ ਦੱਸ ਮੰਗ ਕੀ ਮੰਗਦਾ ਹੈ ਲੱਕੜ ਹਲਾਇਆ ਉਹ ਬੜਾ ਪੋਲਾ ਸੀ ਕਹਿਣ ਲਗਾ ਜੀ ਜੇ ਤੂੰ ਦੇਣਾ ਹੀ ਹੈ ਤੇ ਜੇ ਮੈਂ ਕੱਲ ਲੱਕੜ ਕੱਟਣ ਆਵਾਂ ਤੇ ਤੁਹਾਡੇ ਸਿਪਾਹੀ ਮੈਨੂੰ ਰੋਕਣ ਨਾ ਤੇ ਰਾਜਗਨ ਐ ਕੀ ਗੱਲ ਈ ਕੋਈ ਨਹੀਂ ਮੇਰਾ ਇੱਕ ਚੰਦਨ ਦਾ ਬਾਗ ਆ ਉਹ ਵੀ ਮੈਂ ਤੈਨੂੰ ਦੇਣਾ ਚੰਦਨ ਦਾ ਪੂਰਾ ਬਾਗ ਦੇਤਾ ਲੱਕੜहारा ਦੇਲੀ ਲੱਕੜ ਕੱਟਦਾ ਕੋਲੇ ਬਣਾਉਂਦਾ ਤੇ ਮਾਰਕੀਟ ਵਿੱਚ ਬੜਾ ਭਲਾ ਜਮਾਨੇ ਦੀ ਗੱਲ ਕਰ ਰਿਹਾ 88 ਚੋਨੇ ਦਾ ਵੇਚ ਆਂਦਾ ਥੋੜੀ ਜਿਹੀ ਪੂਰਾ ਜੰਗਲ ਵੜਦਾ ਗਿਆ ਕੋਲੇ ਬਣਾ ਕੇ ਵੇਚਦਾ ਗਿਆ ਥੋੜੀ ਜਿਹੀ ਕੋਈ ਲੱਕੜ ਬੱਚੀ ਕਹਿੰਦਾ ਚੱਲਨ ਨੂੰ ਐਦਾ ਹੀ ਵੇਚਣਾ ਲੱਕੜ ਚੱਕ ਕੇ ਜਦੋਂ ਪਹੁੰਚਿਆ ਇੱਕ ਲੱਕੜ ਦਾ ਵਪਾਰੀ ਘਣਾ ਸੀ ਉਹ ਕਹਿੰਦਾ ਇਹ ਲੱਕੜ ਮੈਨੂੰ ਦੇ ਦੇ 500 ਰੁਪਏ ਲੈ ਲੈ ਉਹਨੇ ਕਿਹਾ ਮਖੋਲ ਕਰਦਾ ਮੈਨੂੰ ਛੋੜੀ ਲੱਕੜੇ 500 ਉਹਨੇ ਨਾ ਕੀਤੀ ਕਹਿੰਦਾ 1000 ਰੁਪਏ 1000 ਫੜ ਹਜ਼ਾਰ ਸਿੱਕੇ ਨੇ ਉਹਨੇ ਥੈਲੇ ਉਹਨੂੰ ਫੜਾਤੀ ਉੱਥੇ ਹੀ ਰੋ ਪਿਆ ਅੱਖੇ ਆंसू ਆ ਗਏ ਬੜਾ ਹੀ ਵਿਰਾਗ ਵਿੱਚ ਆ ਗਿਆ ਪੁੱਛੇ ਤੂੰ ਰੋਂਦਾ ਕਾਹਨੂੰ ਐ ਤੈਨੂੰ ਤਾਂ 1000 ਰੁਪਏ ਮਿਲ ਗਏ ਕਹਿੰਦਾ ਮੇਰੇ ਕੋਲ ਤਾਂ ਪੂਰਾ ਬਾਗ ਸੀ ਉੱਥੇ ਮੈਂ ਆ ਹੀ ਕੱਟ ਕੇ ਕੋਲੇ ਬਣਾਉਂਦੇ ਐ ਤਾਂ ਹੁਣ ਥੋੜੀ ਲੱਕੜੇ ਮੁੱਲ ਲੈਣਾ ਜੇ ਬਾਗ ਦਾ ਮੁੱਲ ਕਿੰਨਾ ਹੁੰਦਾ ਛੱਡਿਆ ਸਵਾਸ ਐ ਅਨੋਂ ਆਪਾ ਕੋਲਾ ਬਣਾਈਏ ਜਾਂ ਹੀਰਾ ਬਣਾਈਏ ਸਾਡੇ ਹੱਥ ਹੈ ਜਿਹੜਾ ਸਵਾਸ ਸਤਗੁਰੂ ਦੇ ਚੰਨਾ ਵਿੱਚ ਨਿਕਲ ਜਾਏ ਜਿਹੜਾ ਸਵਾਸ ਸਤਗੁਰੂ ਨੂੰ ਯਾਦ ਕਰਦਾ ਨਿਕਲ ਜਾਏ ਉਹੀ ਉਹੀ ਸਾਨੂੰ ਸਵਾਸ ਸਾਡੇ ਨਾਲ ਜਾਣੇ ਹੈ ਬਾਕੀ ਸਭ ਕੋਲੇ ਹੈ ਕੋਲੇ ਬਣ ਜਾਣੇ ਸੰਗਤ ਕਰਿਆ ਕਰੋ ਨਾਮ ਜਪਿਆ ਕਰੋ ਐਸੀ ਫਲ ਹੋ ਸਕਦਾ ਮੈਂ ਆਪ ਜੀ ਵਿੱਚ ਬੋਲ ਰਿਹਾ ਮੇਤੋਂ ਬੜੀ ਸਾਰੀ ਗਲਤੀਆਂ ਵੀ ਹੋ ਗਈਆਂ ਪੁੱਲਾ ਚੱਕੇ ਹੋ ਗਈਆਂ ਉਹਦਾ ਮਾਫੀ ਚਾਹਨਾ ਜਿਹੜਾ ਗਲਤੀ ਮੰਨੇ ਉਹਨੂੰ ਜਿਹੜਾ ਗਲਤੀ ਕਰਕੇ ਨਾ ਮੰਨੇ ਉਹਨੂੰ ਕਹਿੰਦੇ ਦਾਨਵ ਜਿਹੜਾ ਗਲਤੀ ਕਰਕੇ ਨਾ ਮੰਨੇ ਉਹਨੂੰ ਕਹਿੰਦੇ ਦਾਨਵ ਜਿਹੜਾ ਮਨ ਵਿੱਚ ਮੰਨ ਲਿਓ ਮੰਨ ਲਓ ਜਿਹਨੇ ਗਲਤੀ ਵੀ ਮਨ ਵਿੱਚ ਮੰਨ ਲਿਓ ਜਾ ਕੇ ਮਾਫੀ ਮੰਗ ਲਈ ਮੇਰੇ ਤੋਂ ਗਲਤੀ ਹੋ ਗਈ ਉਹਨੂੰ ਕਹਿੰਦੇ ਮਹਾਮਾਨ ਮਹਾਨ ਮਾਨਵ ਉਹ ਜੜੀ ਜਿਹਨੇ ਗਲਤੀ ਕੀਤੀ ਅਗਰ ਦੂਜੇ ਨੇ ਉਹਨੂੰ ਬਖਸ਼ਦੀ ਉਹ ਮਹਾਨ 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 ਮਾਨਵ ਉਹ ਜਿਹੜਾ ਗਲਤੀ ਨਾ ਕਰੇ ਕਿਸੇ ਹੋਰ ਦੀ ਗਲਤੀ ਆਪਣੇ ਉੱਤੇ ਲੈ ਲੇ ਉਹ ਵੀਲੇ ਹੀ ਹੁੰਦੇ ਹਨ ਤਿਲਕ ਜੰਝੂ ਤਿਲਕ ਜੰਝੂ ਕਿੱਦਾ ਉਤਰਿਆ ਤੇ ਕਿੰਨੇ ਲਿੱਤਾ ਤਨਤਨ ਸ਼੍ਰੀ ਗੁਰਤੇਗ ਬਾਦਾ ਜੀ ਤਨਤਨ ਸ਼੍ਰੀ ਗੁਰਤੇਗ ਬਾਦਾ ਜੀ ਤਨਤਨ ਸ਼੍ਰੀ ਦੀਪ ਸਿੰਘ ਜੀ ਜਦ ਆਣ ਲੱਗੇ ਨਾ ਉਹਨਾਂ ਨੂੰ ਦੱਸਿਆ ਕਿ ਉਹ ਅਫਗਾਨੀ ਅਫਦਾਲੀ ਜੋ ਹੈ ਉਹ ਧੀਆ ਬੈਣਾਂ ਨੂੰ ਲੈ ਕੇ ਜਾ ਰਿਹਾ ਹੈ ਕਹਿਣ ਵਾਲੇ ਇੱਥੇ ਤਾਂ ਕਿਹਾ ਕਿ ਉਹਦਾ ਵੀ ਸਿੱਖ ਨਹੀਂ ਹੈ ਸਿੱਖਾਂ ਦੇ ਦੀਪ ਪਹਿਣਾ ਨਹੀਂ ਹੈ ਪਰ ਨਹੀਂ ਦੇਖੋ ਆਈ ਕਿਸ ਤੇ ਉਲਿੱਤੀ ਕਿੰਨੇ ਬਾਬਾ ਦੀਪ ਸਿੰਘ ਜੀ ਨੇ ਆਪਾਂ ਉਹਨਾਂ ਦਾ ਕਲ ਪ੍ਰਕਾਸ਼ ਦੇਣਾ ਵੀ ਬਣਾਣਾ ਹੈ ਉਹਨਾਂ ਦਾ ਕਲ ਪ੍ਰਕਾਸ਼ ਆਗਮਨ ਦੇਣਾ ਵੀ ਹੈ ਤੋਂ ਉਹਨਾਂ ਨੂੰ ਹੀ ਯਾਦ ਰੱਖਣਾ ਆਪਣਾ ਉਹ ਹੈ ਤੇ ਨਾਲ ਹੀ ਮੈਂ ਹੁਣ ਜਿਆਦਾ ਸਮਾਂ ਨਾਲ ਲੈਂਦੇ ਹੋਏ ਇੱਥੇ ਸਮਾਪਤੀ ਕਰਦਾ ਹਾਂ ਭਾਈ ਸਰਬਜੀਤ ਸਿੰਘ ਜੀ ਮਾਤਾ ਸਤਨਾਮ ਕੋਰ ਜੀ ਭਾਈ ਕਮਲਜੋਤ ਸਿੰਘ ਜੀ ਨੂੰ ਸ਼ਹਿਰਤ ਹੋਏ ਸਾਰੇ ਕੀਤਨੇ ਜਥੇ ਉਹ ਸਮੂਚੀ ਸਾਧ ਸੰਗਤ ਦਾ ਮੈਂ ਬਹੁਤ ਹੀ ਧੰਨਵਾਦੀ ਆ ਜਿਨ੍ਹਾਂ ਨੇ ਇੱਕ ਛੋਟੇ ਜੀ ਨੂੰ ਇੱਥੇ ਲਿਆ ਕੇ ਆਪ ਜੀ ਸਮੂਚ ਸੰਗਤ ਕਰਨ ਦਾ ਮੌਕਾ ਬਖਸ਼ਿਆ ਪ੍ਰਭ ਬਾਣੀ ਵਾਲਾ ਦਾ ਵੀ ਬੜਾ ਹੀ ਵੱਡਾ ਉਪਰਾਲਾ ਹੈ ਜਿਹੜੇ ਦੇਸ਼ ਵਿਦੇਸ਼ਾਂ ਵਿੱਚ ਘਰਾਂ ਵਿੱਚ ਬੈਠੇ ਹੋਏ ਜਿੰਨੀ ਵੀ ਸਾਧ ਸੰਗਤ ਹੈ ਉਹਨਾਂ ਨੂੰ ਨਾਮ ਬਾਣੀ ਗੁਰਬਾਣੀ ਨਾਲ ਜੋੜਦੀ ਹੈ ਸੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ